ਜਾਈ ਹੁਕਮੀ ਹੋਣ ਦੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਣ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਮੇਰੀ ਡਰਾਈਵਰੀ ਤੇ ਮੱਚਦੇ ਨੇ ਮੁੰਡੇ ਅੱਜਕਲ ਅੱਜਕਲ ਮੰਡੀ ਹਿਮਾਚਲ ਪ੍ਰਦੇਸ਼ ਦਾ ਇੱਕ ਬੜਾ ਪ੍ਰਸਿੱਧ ਸ਼ਹਿਰ ਹੈ ਜਿੱਥੇ ਕਿ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਚਰਨ ਛੋਹ ਪ੍ਰਾਪਤ ਗੁਰਦੁਆਰਾ ਜਦੋਂ ਤੁਸੀਂ ਮੰਡੀ ਵਿੱਚ ਜਾਂਦੇ ਹੋ ਤਾਂ ਜ਼ਰੂਰ ਮੱਥਾ ਟੇਕ ਕੇ ਜਾਇਓ ਮੰਡੀ ਤੋਂ ਅੱਗੇ 100 ਕਿਲੋਮੀਟਰ ਦਾ ਏਰੀਆ ਲਗਭਗ 110 ਕਿਲੋਮੀਟਰ ਦਾ ਏਰੀਆ ਮਨਾਲੀ ਦਾ ਸੋਹਣਾ ਟੂਰ ਅਸੀਂ ਲਾਉਣ ਜਾ ਰਹੇ ਹਾਂ ਤੇ ਸਾਡੇ ਨਾਲ ਜਿਹੜੇ ਡਰਾਈਵ ਕਰ ਰਹੇ ਨੇ ਅੱਜ ਮਨਜਿੰਦਰ ਮਾਖਾ ਜੀ ਜੋ ਕਿ ਬੱਖੀਆਂ ਤੋੜ ਡਰਾਈਵਰ ਨੇ ਸਾਡੇ ਕਰੂ ਦੇ ਸੜਕਾਂ ਦਾ ਬੜਾ ਫਰਕ ਆ ਬੜੀ ਸੋਹਣੀਆਂ ਸੜਕਾਂ ਨੇਗੀਆਂ ਟ੍ਰੈਫਿਕ ਬਹੁਤ ਘੱਟ ਹੈ ਸ਼ਹਿਰਾਂ ਦੇ ਕੋਲੇ ਕੋਲੇ ਟ੍ਰੈਫਿਕ ਤਾਂ ਹੈ ਥੋੜ੍ਹਾ ਬਹੁਤਾ ਵੈਸੇ ਬਹੁਤ ਜ਼ਿਆਦਾ ਘੱਟ ਟ੍ਰੈਫਿਕ ਮੈਂ ਦਾਦਰੀ ਗੈਸ ਕਰਨਾ ਲੋਕਲ
ਸਰਚੂ ਪਹੁੰਚ ਜਾਗੇ ਬਾਈ ਆਪਾਂ 5 ਘੰਟਿਆਂ ਚ। ਅੱਛਾ ਅਟਲ ਟਨਲ ਦੇ ਵਿੱਚ ਦੇ ਹੋ ਕੇ? ਬਿਲਕੁਲ ਜੀ ਬਿਲਕੁਲ। ਓਕੇ ਨਵਾਂ ਪ੍ਰੋਜੈਕਟ ਹੈ ਜੋ ਮੋਦੀ ਸਾਹਿਬ ਦਾ ਅਟਲ ਟਨਲ। ਓਏ ਉਹ ਗਾਣਾ ਲਈ ਟਨ ਟਨ ਜਿਹੜਾ ਚੱਲਦਾ ਸੀ ਇੱਥੇ ਨਹੀਂ ਚੱਲਿਆ ਕਿਹੜਾ ਚੱਲਦਾ ਜੀ? ਟਨਲ ਜੀ ਕਹਿੰਦੇ ਦੁਨੀਆ ਦੀ ਸਭ ਤੋਂ ਲੰਬੀ ਟਨਲ ਹੈ। ਅੱਛਾ ਜਿਹੜਾ ਪ੍ਰੋਜੈਕਟ, ਇਹ ਪ੍ਰੋਜੈਕਟ ਮਨਮੋਹਨ ਗਵਰਨਮੈਂਟ ਮਤਲਬ ਕਿ ਲੈ ਕੇ ਆਈ ਸੀ ਤੇ ਮੋਦੀ ਗਵਰਨਮੈਂਟ ਨੇ ਇਹਨੂੰ ਪੂਰਾ ਕੀਤਾ ਤੇ ਕ੍ਰੈਡਿਟ ਮੋਦੀ ਗਵਰਨਮੈਂਟ ਦਾ, ਕ੍ਰੈਡਿਟ ਇਹਦਾ ਮੋਦੀ ਗਵਰਨਮੈਂਟ ਲੈ ਗਈ ਤੇ ਪ੍ਰੋਜੈਕਟ ਇਹ ਡਾਕਟਰ ਮਨਮੋਹਨ ਸਿੰਘ ਦਾ ਸੀਗਾ। ਕਿੰਨੇ ਕਿਲੋਮੀਟਰ ਦੀ ਹੈ ਬਾਈ ਇਹ? ਇਹ ਕਹਿੰਦੇ ਜੀ ਘੱਟੋ ਘੱਟ 35 ਕਿਲੋਮੀਟਰ 35 ਕਿਲੋਮੀਟਰ 35 ਕਿਲੋਮੀਟਰ। अटल टनल इज 9.02 किलोमीटर लॉन्ग। जनता को आप मूर्ख समझना बंद कर दीजिए। ये तो ऐन का रहने लग गया। एक गल नहीं सुन रहे थे कौन भाई? ऐन का रहने लगा। मैं बस मान भूल लांगे। ये वही जिम्मेवारी थोड़ी है। ले तू मेरे को और जिम्मेवारियां ने। ਕੀ ਜ਼ਿੰਮੇਵਾਰੀ ਦੇਈ ਜਨੇ ਕੀ ਇਹ ਦੇ ਮਿੱਤਰੋ? ਅਸੀਂ ਫਸੇ ਹੋਏ ਆ 3 ਘੰਟੇ ਦੇ ਜਾਮ ਦੇ ਵਿੱਚ। ਮੈਂ ਗੱਪ ਮਾਰਦਾ 20 ਮਿੰਟ ਨੂੰ ਖੁੱਲ ਜੂ 20 ਮਿੰਟ ਨੂੰ ਖੁੱਲ ਜੂ ਪਰ 3 ਘੰਟੇ ਦੇ ਜਾਮ ਵਿੱਚ ਅਸੀਂ 3 ਘੰਟੇ ਹੋ ਚੁੱਕੇ ਨੇ ਸਾਨੂੰ ਇੱਥੇ ਖੜੇ ਹੋਣ ਤੇ ਕਾਫੀ ਪੀ ਰਹੇ ਆਂਗੇ ਉਹ ਦੂਦ ਕਿਉਂ ਤੇ ਬਹੁਤ ਇੰਜੋਏ ਕਰ ਰਹੇ ਆ ਅਸੀਂ। ਬਸ ਅਸੀਂ ਅੱਜ 4-5 ਘੰਟੇ ਤੱਕ ਪਹੁੰਚ ਜਾਾਂਗੇ ਆਪਦੀ ਨੈਕਸਟ ਡੈਸਟੀਨੇਸ਼ਨ ਤੇ। ਓਕੇ ਤੇ ਵੈਦਰ ਤੁਸੀਂ ਦੇਖ ਹੀ ਰਹੋ, ਤੁਸੀਂ ਕੈਪਚਰ ਨਹੀਂ ਕਰ ਸਕਦੇ ਕੈਮਰੇ 'ਚ ਪਰ ਇੱਧਰ ਦੇਖੋ ਤਾਂ ਤੁਹਾਨੂੰ ਪਹਾੜ ਦਿਖ ਰਿਹਾ, ਬਰਫ਼ ਪਈ ਹੋਈ ਆ, ਮੀਂਹ ਪਈ ਜਾਂਦਾ ਜੀ, ਆਨੰਦ ਮੰਗਲ ਹੀ ਹੈ ਕੰਮ। ਠੀਕ ਹਾਂਜੀ, ਜਾਮ ਲੱਗਿਆ ਹੋਇਆ ਬਾਈ, ਖੜੇ ਹਾਂ ਜੀ ਅਟਲ ਟਨਲ ਕੋਲ ਐਂਟਰੈਂਸ 'ਤੇ ਅਤੇ ਠੀਕਾ ਜੀ ਸਾਡੇ ਨਾਲ ਧੋਖਾ ਕਰਕੇ ਆਪਦੀ ਕਮਿਟਮੈਂਟ ਤੋਂ ਮੁੱਕਰ ਗਏ। ਜਦੋਂ ਅਸੀਂ ਘਰੋਂ ਚੱਲੇ ਸੀ ਤਾਂ ਇਹ ਕਹਿੰਦੇ ਸੀ ਅਸੀਂ ਮੈਂ ਪਿੱਛੇ ਬੈਠੂੰਗਾ। ਆ ਦੇਖੋ ਸੁਜ਼ੂਕੀ ਜਿੱਦਾਂ ਲਵਾਂਗੇ ਜਸਵਿੰਦਰ ਲਵਾਂਗੇ ਬਈ ਲਵਾਂਗੇ ਬਾਈ ਜੀ। ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ, ਮੋਰਨਿੰਗ ਦਾ ਤੇ ਬਸ ਜੰਨਤ ਹੀ ਹੈ ਜੀ। ਦੇਖੋ ਤੁਸੀਂ ਨੇਚਰ ਦੇਖੋ, ਨੇਚਰ ਦਾ ਕਮਾਲ ਦੇਖੋ, ਇੱਧਰ ਪਾਣੀ ਹੈ, ਧੁੰਦ ਦੇਖੋ ਕਿੰਨੀ ਸੋਹਣੀ ਲੱਗਦੀ ਆ, ਹਰਿਆਲੀ ਹੈ ਚਾਰੇ ਪਾਸੇ ਤੇ ਸਾਡਾ ਇੱਕ ਡਰ ਕੇ ਅੰਦਰ ਵੀ ਬਹਿ ਗਿਆ ਜੀਪ ਦੇ।
ਬੜਾ ਹੈ ਵਿਊ ਕਮਾਲ ਦਾ ਕਮਾਲ ਹੀ ਕੀਤੀ ਇਹਦਾ ਮਦਰ ਨੇਚਰ ਬੱਦਲਾਂ ਚ ਆ ਕਰਤੀ ਬੰਦ ਤਾਂ ਰਿਕਾਰਡ ਹੋ ਗਈ ਕਿਵੇਂ ਰਿਹਾ ਆਪਣਾ ਸਫ਼ਰ? ਬਹੁਤ ਘੈਂਟ ਸੀ ਬਾਈ, ਅਸੀਂ ਜਾ ਰਹੇ ਸੀਗੇ, ਅਸੀਂ ਸਰਚੂ ਅੱਜ ਮਨਾਲੀ ਤੋਂ, ਅੱਜ ਸਰਚੂ ਨੂੰ ਤੁਰੇ ਸੀਗੇ। 170-170 ਕਿਲੋਮੀਟਰ ਦਾ ਏਰੀਆ ਸੀ, ਲਗਭਗ ਨੇੜੇ ਲੱਗ ਗਏ ਸੀ, ਪਰ ਸਰਚੂ ਦੇ ਨੇੜੇ ਆ ਕੇ ਬਰਫ਼ ਦਾ ਤੂਫਾਨ ਆ ਗਿਆ, ਤਾਂ ਕਰਕੇ ਸਾਨੂੰ ਵਾਪਸ ਆਉਣਾ ਪਿਆ। ਅਸੀਂ ਥੋੜ੍ਹਾ ਪਿੱਛੇ 15-20 ਕਿਲੋਮੀਟਰ ਵਾਪਸ ਆ ਕੇ ਅਤੇ ਅਸੀਂ ਇੱਥੇ ਸਟੇਅ ਕੀਤੀ ਹੈ। ਪਰ ਇਹ ਵੀ ਮਤਲਬ ਕਿ ਮੈਨੂੰ ਲੱਗਦਾ ਮੈਂ ਨਹੀਂ ਦੇਖਿਆ ਆਪਦੀ ਲਾਈਫ ਦੇ ਵਿੱਚ, ਬੜੇ ਸੋਹਣੇ ਪਹਾੜ ਨੇ ਦਿਖਾਈ। ਹਾਂ, ਅਤੇ ਜਿਹੜੇ ਹੋਟਲ 'ਚ ਅਸੀਂ ਸਟੇਅ ਕੀਤੇ ਆ ਵੀਰੇ, ਉਹ ਰਿਹਾ ਸਾਹਮਣੇ। ਅਤੇ ਉਹ ਪਹਾੜ 'ਤੇ ਫਸ ਗਏ ਸੀ ਨਾ ਬਾਈ ਆਪਾਂ? ਹਾਂਜੀ ਬਾਈ, ਉੱਥੋਂ ਕੰਮੇ ਡਰਾਈਵਰ ਡਰਾਈਵਰ ਗਾਈਡ ਲੈ ਕੇ ਜਾਣਾ ਕਿਸੇ ਨੇ।
ਉਦਾਂ ਇਹ ਪਾਕਿਸਤਾਨ ਭਾਈ ਟੈਲੈਂਟ ਬਹੁਤ ਹੈ ਸ਼ੇਕੀ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸੋ ਗਾਈਜ਼ ਤੁਹਾਨੂੰ ਇਹ ਵਲੋਗ ਵਧੀਆ ਲੱਗਿਆ ਹੋਊਗਾ ਬਾਕੀ ਇਹ ਸਾਡਾ ਪਹਿਲਾ ਵਲੋਗ ਸੀ ਤਾਂ ਕਮੀਆਂ ਰਹਿਣੀਆਂ ਲਾਜ਼ਮੀ ਨੇ ਅਤੇ ਇੱਕ ਇਹ ਵਲੋਗ ਜਿਸਪਾ ਤੋਂ ਮਨਾਲੀ ਤੱਕ ਤਾਂ ਸਿਰਫ ਅਸੀਂ ਟਰੈਵਲ ਹੀ ਕੀਤਾ ਹੈਗਾ ਅਸਲੀ ਜਿਹੜਾ ਇੰਟਰਟੇਨਮੈਂਟ ਅਤੇ ਐਡਵੈਂਚਰ ਹੋਊਗਾ ਉਹ ਆਪਣੇ ਅਗਲੇ ਵਲੋਗ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਅਗਲਾ ਵਲੋਗ ਆਪਣਾ ਲੇਹ ਲਦਾਖ ਦਾ ਹੋਊ ਅਤੇ ਉਸ ਤੋਂ ਅਗਲਾ ਹੋਊਗਾ ਕਸ਼ਮੀਰ ਦਾ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਧੰਨਵਾਦ ਸਾਰਿਆਂ ਨੂੰ